लंबे संघर्ष करन तो बाद जद किसे व्यक्ति दी फरियाद सरकार दे कन्ना तक या प्रशासन दे कन्ना तक नहीं पहुंचती ता ओहो सख्त कदम चक्कन लई मजबूर हो जांदा है। अजिहा ही कुछ वेखण नूं मिलिया है मानसा दे विच, जिथे मिनिस्ट्रियल कर्मचारी यूनियन जो पिछले काफी लंबे समय तो अपनी मंगा संबंधी हड़ताल कर रहा सी, रोस प्रदर्शन कर रहा सी ताकि प्रशासन ते सरकार उन्हां दी गल्लां दी गौर कर लवे ते उन्हां ते कारवाई कर लवे, उन्हां दी मंगा सुन लवे। पर जदों कोई उन्हां नूं राह नहीं दिखिया तां उन्हां ने 10 अक्टूबर नूं अपनी कलम छोड़ हड़ताल शुरू कर दिती, जिस विच उन्हां ने अपने दफ्तरी काम सारे बंद कर दिते अते अज 12वें दिन भी एक कलम छोड़ हड़ताल उन्हां दी जारी है। ते इस विच इस दे नाल नाल उन्हां ने अज शरेआम बस स्टैंड तक डीसी दफ्तर तों लै के एक रोस मार्च कीता, जिस विच सारिआं ने काले चोले पा के सरकार दे नाम ते चौंक दे विच घड़े भन्ने। अजिहा रोस प्रदर्शन शायद ही हुण तक किते वेखण नूं नहीं मिलिया, पर उन्हां दे मन दे विच किहड़ियां मंगां नूं लै के सरकार ते प्रशासन दे खिलाफ अजिहा रोस पैदा होया है, आओ तुहानूं सुणाउंदे हां उन्हां दी ज़बानी। सानूं 11 दिन हो गए लगातार असीं पिन डाउन कंप्यूटर बंद दी जिहड़ी स्ट्राइक दा दस्सा दित्ता होया सीगा 11 दिन तों, अज 12वां दिन साडा चालू हो गया। अज असीं 12वें दिन दे विच सरकार दे खिलाफ ਘੜਾਪਣ ਪ੍ਰਦਰਸ਼ਨ ਜਿਹੜਾ ਕੀਤਾ ਹੈਗਾ, ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਜਿਵੇਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਹੈ, ਸਾਡੇ ਜਿਹੜਾ DA ਹੈ 10%, ਪੇ ਕਮਿਸ਼ਨ ਦੀ ਰਿਪੋਰਟ ਦੇ ਜਿੰਨੇ ਸਾਡੇ ਬਕਾਏ ਬਾਕੀ ਬਚਦੇ ਆ ਬਕਾਏ ਦੇਣਾ, ਪੇ ਕਮਿਸ਼ਨ ਦੀ ਰਿਪੋਰਟ ਨੂੰ ਸੋਧ ਕੇ ਲਾਗੂ ਕਰਨਾ, ਅਨੇਕਾਂ ਹੀ ਮੰਗਾਂ ਸਾਡੀਆਂ ਜਿਹੜੀਆਂ ਮੰਗ ਪੱਤਰ ਦੇ ਵਿੱਚ ਦਰਜ ਨੇ ਔਰ ਸਰਕਾਰ ਕੋਲੇ ਅਸੀਂ ਆਪਣੇ ਨੋਟਸ ਰਾਹੀਂ ਭਜਾਈਆਂ ਹੋਈਆਂ ਨੇ, ਉਹਨਾਂ ਮੰਗਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਮਜਬੂਰੀ ਵਸ ਸਾਨੂੰ ਇਸ ਤਰ੍ਹਾਂ ਦੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਔਰ ਦਰੀਆਂ ਤੇ ਬੈਠਣ ਲਈ ਮਜਬੂਰ ਹੋਣਾ ਪੈ ਰਿਹਾ। ਅੱਜ DC ਦਫ਼ਤਰ ਤੋਂ ਲੈ ਕੇ ਬੱਸ ਸਟੈਂਡ ਤੱਕ ਘੜੇ ਚੱਕ ਕੇ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਵੀ ਸਾਡੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਤਾਂ ਕਿ ਨਵੇਂ ਬੱਚੇ ਆਪਦੀ ਫਿਊਚਰ ਨੂੰ ਸਿਕਿਓਰ ਕਰ ਸਕਣ। ਅਤੇ ਇਹਦੇ ਨਾਲ ਸਾਡੀਆਂ ਹੋਰ ਵੀ ਜਿਹੜੀਆਂ ਮੰਗਾਂ ਉਹਨਾਂ ਦੀ ਵੀ ਬੇਨਤੀ ਹੈ ਵੀ ਅਪੀਲ ਸਾਡੀ ਹੈਗੀ ਹੈ ਵੀ ਉਹਨਾਂ ਨੂੰ ਮੰਨਿਆ ਜਾਵੇ। 10 ਤਰੀਕ ਤੋਂ ਲੈ ਕੇ ਅਸੀਂ ਹੜਤਾਲ ਕੀਤੀ ਹੋਈ ਹੈ, ਸਾਰੇ ਦਫ਼ਤਰਾਂ ਦੇ ਵਿੱਚ ਕੰਮ ਕਾਜ ਠੱਪ ਕੀਤਾ ਹੋਇਆ, ਕੰਪਿਊਟਰ ਬੰਦ ਕੀਤੇ ਹੋਏ ਨੇ, ਪਰ ਸਰਕਾਰ ਦੇ ਕੰਨ 'ਤੇ ਹਜੇ ਤੱਕ ਵੀ ਜੂ ਨਹੀਂ ਸਰਕੀ। ਅੱਜ ਅਸੀਂ ਘੜਾ ਭੰਨ ਮੁਜ਼ਾਹਰਾ ਕੀਤਾ ਹੈ ਸਾਰੇ ਪੰਜਾਬ ਦੇ ਵਿੱਚ, ਫਿਰ ਵੀ ਸਰਕਾਰ ਟਸ ਤੋਂ ਮਸ ਨਹੀਂ ਕਰ ਰਹੀ। ਅਜੇ ਤੱਕ ਸਾਨੂੰ ਕੋਈ ਮੰਗ ਤਾਂ ਮੰਨਣੀ ਦੂਰ ਦੀ ਗੱਲ, ਬੁਲਾਵਾ ਤੱਕ ਨਹੀਂ ਭੇਜਿਆ ਗਿਆ। ਅਸੀਂ ਜਿਹੜਾ ਹੈਗਾ ਪਿੱਛੇ ਹਟਣ ਵਾਲੇ ਨਹੀਂ ਹੈਗੇ, ਸਾਡੇ ਜਿਹੜੇ ਸੰਘਰਸ਼ ਨੇ ਅੱਜ ਕੁਛ ਨੇ ਕੱਲ੍ਹ ਨੂੰ ਹੋਰ ਸੀ, ਅੱਜ ਹੋਰ ਨੇ ਅਤੇ ਅੱਗੇ ਹੋਰ ਸਖਤ ਹੋਣਗੇ। ਮਿਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਇਹਨਾਂ ਕਰਮਚਾਰੀਆਂ ਦਾ ਇਹ ਕਹਿਣਾ ਹੈ ਕਿ ਕਰਮ ਛੋੜ ਹੜਤਾਲ ਉਹਨਾਂ ਨੇ ਇਸ ਲਈ ਜਾਰੀ ਰੱਖੀ ਹੈ ਕਿਉਂਕਿ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਆਪਣਾ ਸੰਘਰਸ਼ ਤਿੱਖਾ ਕਰ ਦਿੱਤਾ ਹੈ, ਕਿਉਂਕਿ ਸਰਕਾਰ ਅਤੇ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਉੱਤੇ ਧਿਆਨ ਦੇਣ 'ਚ ਅਤੇ ਮੰਗਾਂ ਪੂਰੀਆਂ ਕਰਨ ਦੇ ਵਿੱਚ ਅਸਮਰੱਥ ਦਿਖਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਚੱਲਦੇ ਹੋਏ ਉਹਨਾਂ ਨੇ ਆਪਣਾ ਸੰਘਰਸ਼ ਤਿੱਖਾ ਕਰ ਦਿੱਤਾ ਹੈ ਅਤੇ ਅੱਜ ਅਜਿਹਾ ਉਹਨਾਂ ਦੇ ਵੱਲੋਂ ਰੋਸ ਪ੍ਰਦਰਸ਼ਨ, ਅਵੱਲਾ ਰੋਸ ਪ੍ਰਦਰਸ਼ਨ ਜਿਸ ਨੂੰ ਅਸੀਂ ਕਹਿ ਸਕਦੇ ਹਾਂ, ਉਹ ਦੇਖਣ ਨੂੰ ਮਿਲਿਆ ਸ਼ਰੇਆਮ ਮਾਨਸਾ ਦੇ ਚੌਂਕ ਦੇ ਵਿੱਚ। ਉਮੀਦ ਹੈ ਪ੍ਰਸ਼ਾਸਨ ਅਤੇ ਸਰਕਾਰ ਛੇਤੀ ਹੀ ਇਹਨਾਂ ਦੀਆਂ ਮੰਗਾਂ ਸੁਣੇ ਅਤੇ ਉਹਨਾਂ ਦੀ ਮੰਗਾਂ ਸੰਬੰਧੀ ਜੋ ਵੀ ਗੱਲਬਾਤ ਹੈ ਜਾਂ ਜੋ ਵੀ ਕਾਰਵਾਈ ਹੈ ਉਹ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਜਾਵੇ। ਮਾਨਸਾ ਤੋਂ ਭਿਸ਼ਮ ਗੋਇਲ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਮੀਆਂ ਬਿਲਾਲ ਖਾਨ, ਮੋਬਾਈਲ ਨੰਬਰ 98787-17500। ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਿਆਰ ਚ ਧੋਖਾ, ਪ੍ਰੇਮੀ ਪ੍ਰੇਮਿਕਾ ਚ ਝਗੜਾ, ਸੌਤਨ ਦੁਸ਼ਮਣ ਦਾ ਖਾਤਮਾ, ਤਲਾਕ ਕੇਸ, ਜ਼ਮੀਨੀ ਝਗੜਾ, ਕਰਜ਼ਾ ਮੁਕਤੀ, ਵਿਦੇਸ਼ ਯਾਤਰਾ, ਵਿਦੇਸ਼ ਚ ਪੱਕੇ ਹੋਣਾ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ, ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰਨ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਮੀਆਂ ਬਿਲਾਲ ਖਾਨ, ਮੋਬਾਈਲ ਨੰਬਰ 98787-17500। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।